ਬਹਿਰਾਏ ਅਹਿਮਰ ਦੇ ਕਿਨਾਰੇ ਮਦੀਨ ਅਤੇ ਤੂਰ ਦੇ ਦਰਮਿਆਨ ਚਾਇਲਾ ਨਾਮੀ ਇੱਕ ਗਾਓਂ ਸੀ। ਉਹ ਬਨੀ ਇਸਰਾਈਲ ਦਾ ਇੱਕ ਗਰੋਹ ਰਹਿੰਦਾ ਸੀ ਜਿਹਨੇ ਅੱਲਾਹ ਤਾਲਾ ਦੇ ਹੁਕਮ ਦੀ ਖਿਲਾਫ ਵਰਜ਼ੀ ਕੀਤੀ ਅਤੇ ਉਹਦੇ ਗੁੱਸੇ ਨੇ ਉਹਨਾਂ ਨੂੰ ਘੇਰ ਲਿਆ ਉਹਨਾਂ ਦੀ ਜਾਰੀਅਤ ਅਤੇ ਖਿਲਾਫ ਵਰਜ਼ੀ ਦੀ ਵਜ੍ਹਾ ਨਾਲ। ਔਰ ਉਹਨਾਂ ਦੀ ਖਬਰਾਂ 'ਚੋਂ ਇਹ ਹੈ ਕਿ ਬਨੀ ਇਸਰਾਈਲ ਨੇ ਮੂਸਾ ਅਲੈਹਿ ਸਲਾਮ ਨੂੰ ਕਿਹਾ ਜਦੋਂ ਉਹਨਾਂ ਨੇ ਜੁਮੇ ਦਾ ਉਹਨਾਂ ਨੂੰ ਹੁਕਮ ਦਿੱਤਾ ਔਰ ਉਹਨਾਂ ਨੂੰ ਇਹਨਾਂ ਦੀ ਫਜ਼ੀਲਤ ਦੱਸੀ ਅਤੇ ਮੂਸਾ ਅਲੈਹਿ ਸਲਾਮ ਉਹਨਾਂ ਨੇ ਕਿਹਾ ਮੂਸਾ ਤੁਸੀਂ ਸਾਨੂੰ ਜੁਮੇ ਦਾ ਹੁਕਮ ਕਿਵੇਂ ਦੇ ਸਕਦੇ ਹੋ, ਦੂਸਰੇ ਦਿਨਾਂ ਤੋਂ ਇਹਨੂੰ ਕਿਵੇਂ ਤਰਜੀਹ ਦਿੰਦੇ ਹੋ, ਅਗਰਚੇ ਹਫ਼ਤੇ ਦਾ ਦਿਨ ਜਿਹੜਾ ਤਮਾਮ ਦਿਨਾਂ ਤੋਂ ਅਫਜ਼ਲ ਹੈ। ਅੱਲਾਹ ਨੇ ਆਸਮਾਨਾਂ ਜ਼ਮੀਨਾਂ ਅਤੇ ਰਿਜ਼ਕਾਂ ਨੂੰ 6 ਦਿਨਾਂ 'ਚ ਪੈਦਾ ਕੀਤਾ ਅਤੇ ਹਰ ਚੀਜ਼ ਉਹਦੇ ਤਾਬੇ ਹੋ ਗਈ ਅਤੇ ਹਫ਼ਤੇ ਦੇ ਦਿਨ ਫਰਮਾਬਰਦਾਰੀ ਦੇ ਨਾਲ ਕਰਾਰ 'ਚ ਆ ਗਈ। ਔਰ ਇਹ ਛਠਾ ਦਿਨ ਸੀ ਜਦੋਂ ਯਹੂਦੀਆਂ ਨੇ ਹਫ਼ਤੇ ਦੇ ਸਵਾ ਜਦੋਂ ਯਹੂਦੀਆਂ ਨੇ ਹਫ਼ਤੇ ਦੇ ਸਵਾ ਇਨਕਾਰ ਕਰ ਦਿੱਤਾ ਅਤੇ ਅੱਲਾਹ ਤਾਲਾ ਨੇ ਮੂਸਾ ਅਲੈਹਿ ਸਲਾਮ 'ਤੇ ਵਹੀ ਨਾਜ਼ਲ ਕੀਤੀ ਕਿ ਉਹ ਹਫ਼ਤੇ ਦੇ ਦਿਨ ਕੁਛ ਨਾ ਕਰਨ। ਔਰ ਉਹਨਾਂ ਨੇ ਕਿਹਾ ਉਹਨਾਂ ਨੂੰ ਕਿਹਾ ਕਿ ਹਫ਼ਤੇ ਦੇ ਦਿਨ ਉਹਨਾਂ ਵਾਸਤੇ ਮੱਛਲੀ ਦਾ ਸ਼ਿਕਾਰ ਕਰਨਾ ਅਤੇ ਖਾਣਾ ਆਰਾਮ ਹੈ। ਚੁਨਾਚੇ ਉਸ ਗਾਓਂ ਦੇ ਲੋਕਾਂ ਦਾ ਅਤੇ ਅੱਲਾਹ ਤਾਲਾ ਦੀ ਅਜ਼ਮਾਇਸ਼ ਆ ਗਈ ਔਰ ਅਜ਼ਮਾਇਸ਼ 'ਚੋਂ ਇਹ ਵੀ ਸੀਗਾ ਕਿ ਹਫ਼ਤੇ ਦੇ ਦਿਨ ਮੱਛਲੀਆਂ ਪਾਣੀ ਦੀ ਸਤ੍ਹਾ 'ਤੇ ਹਰ ਤਰਫ ਜਿਹੜਾ ਖੇਲਦੀਆਂ ਨਜ਼ਰ ਆਉਂਦੀਆਂ ਅਤੇ ਜਦੋਂ ਹਫ਼ਤਾ ਚਲਾ ਜਾਂਦਾ ਅਤੇ ਫਿਰ ਚਲੇ ਜਾਂਦੀਆਂ ਉਹਨਾਂ 'ਚ ਕੋਈ ਛੋਟੀ ਜਾਂ ਵੱਡੀ ਮੱਛਲੀ ਨਜ਼ਰ ਨਾ ਆਉਂਦੀ। ਅੱਲਾਹ ਤਾਲਾ ਦਾ ਫਰਮਾਨ ਹੈ ਉਹਨਾਂ ਨੂੰ ਇਸ ਬਸਤੀ ਦੇ ਬਾਰੇ ਪੁੱਛ ਜੋ ਜਿਹੜੇ ਸਮੁੰਦਰ ਦੇ ਕਿਨਾਰੇ 'ਤੇ ਰਹਿੰਦੀ ਸੀ। ਜਦੋਂ ਹਫ਼ਤੇ ਦੇ ਦਿਨ ਉਹ ਹੱਦ ਤੋਂ ਤਜਾਵਜ਼ ਕਰ ਜਾਂਦੇ ਸੀਗੇ ਅਤੇ ਉਹਨਾਂ ਦੀਆਂ ਮੱਛਲੀਆਂ ਉਹਨਾਂ ਦੇ ਹਫ਼ਤੇ ਦੇ ਦਿਨ ਸਰ ਉਠਾਏ ਹੋਏ ਹਰ ਪਾਸੇ ਨਜ਼ਰ ਆਉਂਦੀਆਂ ਸੀ ਔਰ ਜਿਸ ਦਿਨ ਉਹਨਾਂ ਦਾ ਹਫ਼ਤਾ ਨਾ ਹੁੰਦਾ ਅਤੇ ਉਹਨਾਂ ਦੇ ਕੋਲ ਨਹੀਂ ਆਉਂਦੀਆਂ ਸੀ। ਇਸ ਤਰ੍ਹਾਂ ਅਸੀਂ ਉਹਨਾਂ ਦੀ ਅਜ਼ਮਾਇਸ਼ ਕਰਨੇ ਹਾਂ ਇਸ ਵਜ੍ਹਾ ਤੋਂ ਕਿ ਉਹ ਨਾਫਰਮਾਨੀ ਕਰਦੇ ਸੀ। ਚੁਨਾਚੇ ਜਦੋਂ ਉਹਨਾਂ 'ਤੇ ਵਕਤ ਕਾਫੀ ਗੁਜ਼ਰ ਗਿਆ ਅਤੇ ਮੱਛਲੀ ਦਾ ਗੋਸ਼ ਖਾਣ ਵਾਸਤੇ ਉਹਨਾਂ ਦੀ ਖਾਹਿਸ਼ ਸ਼ਿੱਦਤ ਇਖਤਿਆਰ ਕਰ ਗਈ ਅਤੇ ਉਹਨਾਂ 'ਚੋਂ ਇੱਕ ਸ਼ਖਸ ਨੇ ਹਫ਼ਤੇ ਵਾਲੇ ਦਿਨ ਛੁੱਪ ਕੇ ਜਿਹੜਾ ਨਿਕਲਿਆ ਔਰ ਉਹਨੇ ਮੱਛਲੀ ਇੱਕ ਫੜ ਲਈ ਅਤੇ ਉਹਨੂੰ ਤਾਰ ਨਾਲ ਬੰਨ੍ਹ ਲਿਆ ਅਤੇ ਉਹਨੂੰ ਬਾਹਰ ਇੱਕ ਸਾਹਿਲ ਦੇ ਖੂੰਟੀ ਦੇ ਨਾਲ ਬੰਨ੍ਹ ਦਿੱਤਾ ਔਰ ਪਾਣੀ 'ਚ ਮੱਛਲੀ ਨੂੰ ਛੱਡ ਦਿੱਤਾ ਇਤਵਾਰ ਤੱਕ। ਫਿਰ ਉਹਨੇ ਉਹਨੂੰ ਬਾਹਰ ਕੱਢਿਆ ਅਤੇ ਭੁੰਨ ਕੇ ਖਾਇਆ। ਜਦੋਂ ਗਾਇਆ ਪਿੰਡ ਵਾਲੇ ਲੋਕਾਂ ਨੂੰ ਪਤਾ ਲੱਗਿਆ ਕਿ ਖੁਸ਼ਬੂ ਉਹਨਾਂ ਨੂੰ ਆਈ ਮੱਛਲੀ ਦੀ ਅਤੇ ਉਹ ਸ਼ਖਸ ਨੇ ਕੀ ਕੀਤਾ ਉਹਦੇ ਬਾਰੇ ਪਤਾ ਚੱਲਿਆ ਅਤੇ ਇਸ ਤਰ੍ਹਾਂ ਫਿਰ ਬਹੁਤ ਸਾਰੇ ਲੋਕ ਛੁੱਪ ਛੁੱਪ ਕੇ ਕਰਨ ਲੱਗ ਪਏ। ਇੱਥੇ ਤੱਕ ਕਿ ਖੁੱਲ੍ਹੇਆਮ ਉਹ ਸ਼ਿਕਾਰ ਕਰਕੇ ਬਾਜ਼ਾਰਾਂ 'ਚ ਵੇਚਣ ਲੱਗ ਪਏ ਅਤੇ ਉਹਨਾਂ 'ਚ ਇੱਕ ਗਰੋਹ ਨੇ ਉਹਨਾਂ ਨੂੰ ਮਨ੍ਹਾ ਕੀਤਾ। ਉਹਨਾਂ ਨੇ ਹਫ਼ਤੇ ਦੇ ਰੋਜ਼ ਮੱਛਲੀ ਦੇ ਸ਼ਿਕਾਰ ਤੋਂ ਪਰਹੇਜ਼ ਕੀਤਾ ਸੀ ਅਤੇ ਉਹਨਾਂ ਨੇ ਇਹਨਾਂ ਦੀ ਮੁਜ਼ੰਮਤ ਕਰਦਿਆਂ ਹੋਇਆ ਕਿਹਾ ਅੱਲਾਹ ਤੋਂ ਡਰ ਜਾਓ, ਇਹਨਾਂ ਕੰਮਾਂ ਤੋਂ ਰੋਕਿਆ ਜਿਹੜੇ ਉਹ ਕਰਦੇ ਸੀ। ਇੱਕ ਹੋਰ ਗਰੋਹ ਸੀ ਜਿਹਨੇ ਮੱਛਲੀ ਤਾਂ ਨਹੀਂ ਖਾਂਦੇ ਸੀ ਔਰ ਲੋਕਾਂ ਨੂੰ ਇਹਨਾਂ ਦੇ ਕੰਮਾਂ ਤੋਂ ਰੋਕਦੇ ਵੀ ਨਹੀਂ ਸੀਗੇ ਅਤੇ ਐਸੇ ਲੋਕ ਉਹਨਾਂ ਨੇ ਕਿਹਾ ਕਿ ਤੁਸੀਂ ਇਹੋ ਜਿਹੇ ਲੋਕਾਂ ਨੂੰ ਕਿਉਂ ਨਸੀਹਤ ਕਰਦੇ ਹੋ ਜਿਨ੍ਹਾਂ ਨੂੰ ਅੱਲਾਹ ਹਲਾਕ ਕਰਨ ਵਾਲਾ ਹੈ ਜਾਂ ਅਜ਼ਾਬ ਦੇਣ ਵਾਲਾ ਹੈ, ਬਹੁਤ ਸਖਤ ਅਜ਼ਾਬ। ਉਹਨਾਂ ਨੇ ਕਿਹਾ ਤਾਂ ਤੁਹਾਡੇ ਰੱਬ ਦੇ ਸਾਹਮਣੇ ਉਜ਼ਰ ਵਾਸਤੇ ਇਸ ਵਾਸਤੇ ਕਿ ਸ਼ਾਇਦ ਉਹ ਡਰ ਜਾਣ, ਯਾਨੀ ਅਸੀਂ ਉਹਨਾਂ ਨੂੰ ਮਨ੍ਹਾ ਕਰਨੇ ਹਾਂ ਤਾਂ ਕਿ ਬੁਰਾਈਆਂ ਤੋਂ ਮਨ੍ਹਾ ਕਰਕੇ ਅੱਲਾਹ ਤਾਲਾ ਦੇ ਹਾਂ ਉਜ਼ਰ ਪੇਸ਼ ਕਰੀਏ, ਸ਼ਾਇਦ ਕਿ ਉਹ ਤੌਬਾ ਵੀ ਕਰ ਲੈਣ ਅਤੇ ਸਿੱਧੇ ਰਸਤੇ 'ਤੇ ਆ ਜਾਣ। ਅੱਲਾਹ ਦੇ ਅਜ਼ਾਬ ਔਰ ਗਜ਼ਬ ਤੋਂ ਡਰ ਜਾਣ। ਜਦੋਂ ਹੱਦ ਤੋਂ ਵੱਧ ਜਾਣ ਵਾਲਿਆਂ ਨੇ ਆਪਣਾ ਕੰਮ ਕੀਤਾ ਔਰ ਨਸੀਹਤ ਕਰਨ ਵਾਲਿਆਂ ਦੀ ਨਸੀਹਤ 'ਤੇ ਜਿਹੜੇ ਨੇ ਤਵੱਜੋ ਨਹੀਂ ਦਿੱਤੀ ਅਤੇ ਅੱਲਾਹ ਤਾਲਾ ਦੇ ਹੁਕਮ ਤੋਂ ਉਹਨਾਂ ਨੇ ਮੂੰਹ ਮੋੜ ਲਿਆ, ਅੱਲਾਹ ਤਾਲਾ ਨੇ ਬਾਕੀ 2 ਗਰੋਹ ਜਾਂ ਇਸ ਗਰੋਹ ਨੂੰ ਬਚਾ ਲਿਆ ਜਿਹਨੇ ਉਹਨਾਂ ਨੂੰ ਰੋਕਿਆ ਸੀ। ਫਿਰ ਅੱਲਾਹ ਤਾਲਾ ਦੀ ਹੱਦ ਤੋਂ ਵੱਧ ਜਾਣ ਅੱਗੇ ਵੱਧ ਜਾਣ ਵਾਲਿਆਂ ਨੂੰ ਆਪਣਾ ਅਜ਼ਾਬ ਦਿੰਦਿਆਂ ਹੋਇਆਂ ਉਹਨਾਂ ਨੂੰ ਦੁੰਮ ਵਾਲੇ ਛੋਟੇ ਜ਼ਲੀਲ ਬਾਂਦਰ 'ਚ ਤਬਦੀਲ ਕਰ ਦਿੱਤਾ ਜਿਹੜੇ ਮਰਦ ਔਰ ਔਰਤ ਸੀਗੇ। ਫਿਰ ਉਹ 3 ਦਿਨ ਬਾਅਦ ਹਲਾਕ ਹੋ ਗਏ ਔਰ ਉਹਨਾਂ ਦੀ ਕੋਈ ਔਲਾਦ ਨਹੀਂ ਥੀ। ਫਰਮਾਨ ਬਾਰੀ ਤਾਰਾ 'ਚ ਫਿਰ ਜਦੋਂ ਉਹ ਇਸ ਬਾਤ ਨੂੰ ਭੁੱਲ ਗਏ ਜਿਹਦੀ ਉਹਨਾਂ ਨੂੰ ਨਸੀਹਤ ਕੀਤੀ ਗਈ ਸੀ ਅਤੇ ਉਹਨਾਂ ਲੋਕਾਂ ਨੂੰ ਅੱਲਾਹ ਤਾਲਾ ਨੇ ਬਚਾ ਲਿਆ ਜਿਹੜਾ ਬੁਰਾਈ ਤੋਂ ਉਹਨਾਂ ਨੂੰ ਰੋਕਦੇ ਸੀ ਔਰ ਉਹਨਾਂ ਨੂੰ ਸਖਤ ਅਜ਼ਾਬ ਪਕੜ ਲਿਆ ਜਿਨ੍ਹਾਂ ਨੇ ਜ਼ੁਲਮ ਕੀਤਾ ਇਸ ਵਜ੍ਹਾ 'ਤੇ ਕਿ ਉਹ ਨਾਫਰਮਾਨੀ ਕਰਦੇ ਸੀ। ਔਰ ਫਿਰ ਜਦੋਂ ਜਦ ਉਹ ਇਸ ਬਾਤ ਤੋਂ ਹੱਦ ਤੋਂ ਵੱਧ ਗਏ ਜਿਹਦਾ ਤੋਂ ਉਹਨਾਂ ਨੂੰ ਮਨ੍ਹਾ ਕੀਤਾ ਗਿਆ ਸੀ ਅਤੇ ਅਸੀਂ ਉਹਨਾਂ ਨੂੰ ਕਹਿ ਦਿੱਤਾ ਕਿ ਜ਼ਲੀਲ ਬਾਂਦਰ ਬਣ ਜਾਓ।